एक दिन पहला देर रात 2 बजे फरीदकोट की साई इनकलेव कलोनी चो घर चो रह रहे इकले व्यक्ति नूं एक चोर वल्लों बंधक बना के बुरी तरह कुटमार की गई। बिजली की तार बेल्ट नाल बन्नण तो बाद घर दीआं चाबीआं लै के घर की अलमारी चो पए करीब 3 लाख रुपए अते दूसरे कमरे चो व्यक्ति दे बेटे दे कमरे की अलमारी विच पए करीब 20,000 रुपए लै के नाल एक लैपटॉप चक के चोर फरार हो गया। किसी तरह उस व्यक्ति ने अपने आप नूं खोल के गवांडी की मदद नाल अपने बेटे जो कि फरीदकोट की जेल अंदर नाइट ड्यूटी करता है उसनूं कॉल कर सूचना दित्ती। जांच दौरान पुलिस वल्लों महज 24 घंटे अंदर ही यह मामला सुलझा लिया गया अते चोर नूं काबू कर लिया गया। उस कोलों लुट्टी गई रकम विच्चों 2,25,000 रुपए भी बरामद कर ले गए अते लैपटॉप नूं भी बरामद कर लिया गया। पीड़ित भगवान दास ने दस्सिया कि करीब रात 2 बजे बिजली बंद हुई तां उसने उठ के देखण लई कमरे तो जदों बाहर गया तां अचानक बाहर खड़े एक व्यक्ति ने उस उत्ते कपड़ा सुट दिता अते बुरी तरह कुटमार करन लगा। बाद चों उसने किसी चीज नाल उसनूं बन्न दिता। घर दीआं सारीआं चाबीआं लै के घर दीआं अलमारियां फरोलन लगा जिस चों उसने घर दी अलमारी चों पए नकदी अते एक लैपटॉप लै के फरार हो गया। उसने दस्सिया कि घटना समय उह घर विच इकला सी अते उसदा बेटा नाइट ड्यूटी उत्ते गया होया सी अते घर दे विच लक्कड़ दा काम चलदे होण करके कुछ कैश उन्हां ने घर दे विच रख्या होया सी जिस दी शायद चोर नूं भिणक लग गई सी। इस मामले की जानकारी दिंदे होए DSP सतविंदर सिंह विरके ने दस्सिया कि घटना तो तुरंत बाद पुलिस ने अपनी जांच शुरू कर दित्ती सी अते महज 24 घंटियां दे विच ही यह मामला सुलझा लिया गया अते चोर नूं काबू कर लिया गया। ਉਹਦੇ ਵਿੱਚ ਚਾਬੀ ਪਈ ਸੀਗੀ, ਉਹਦੇ 'ਚ ਚਾਬੀ ਨਿਕਲੀ ਹੈ, ਨਾਲੇ ਇਹ ਦੇਖੋ ਹੁਣ ਕੋਈ ਬਲੇਜ਼ਰ ਦੇ ਕਿਸੇ ਹੱਥ ਨਹੀਂ ਮਾਰਿਆ ਕਿਸੇ ਵੀ ਚੀਜ਼ ਦੇ ਵਿੱਚ, ਉਹਦੇ 'ਚ ਚਾਬੀ ਪਤਾ ਨਹੀਂ ਪਈ ਹੈ। ਉਹ ਚਾਬੀ ਕੱਢ ਕੇ ਆਹ ਲੋਕ ਖੁੱਲਿਆ, ਫਿਰ ਲੋਕ ਲਾ ਕੇ ਦੁਬਾਰਾ ਚਾਬੀ ਪਤਾ ਨਹੀਂ ਕਿੱਥੇ ਆ, ਪੈਸੇ ਕੱਢੇ ਆ ਲੈ ਕੇ। ਮੈਂ ਵੈਸੇ ਆਪਣੇ ਕਮਰੇ 'ਚ ਮੈਂ ਕੱਲ੍ਹ ਕਰਿਆ, ਰਾਤ ਕੱਲ੍ਹ ਸੀਗਾ ਅਤੇ ਬੇਟਾ ਡੁੱਟ ਗਿਆ ਸੀਗਾ ਅਤੇ ਰਾਤ 2 ਵਜੇ ਦੀ ਗੱਲ ਹੈ ਜੀ, ਲਾਈਟ ਇੱਕਦਮ ਬੰਦ ਹੋ ਕੱਟ ਗਈ ਤਾਂ ਮੈਂ ਉੱਠ ਕੇ ਦੇਖਿਆ ਲਾਈਟ ਕਿਉਂ ਕੱਟੀ ਗਈ ਹੈ। ਮੈਂ ਬੂਹਾ ਖੋਲ੍ਹਿਆ, ਇੱਕਦਮ ਮੇਰੇ 'ਤੇ ਕੱਪੜਾ ਪਾ ਗਿਆ ਕਿਸੇ ਬੰਦੇ ਨੇ, ਕੋਈ 35 ਸੇ ਲੱਗਦਾ ਮੈਨੂੰ, ਕੱਪੜੇ ਪਾ ਕੇ ਅਤੇ ਮੈਨੂੰ ਹੱਥਾਂ ਪਾਈ ਕਿੱਚ ਕਰੀ ਗਿਆ, ਮਾਰ ਕੁੱਟੀ ਗਿਆ ਮੈਨੂੰ। ਅਖੀਰ ਮੈਨੂੰ ਉਹਨੇ ਛੱਡ ਕੇ ਅਤੇ ਮੈਨੂੰ ਰੱਸੀ ਰੁੱਸੇ ਨਾਲ ਬੰਨ ਲਿਆ, ਉਹਨੂੰ ਕੱਪੜੇ ਮੂੰਹ 'ਤੇ ਪਾਤਾ ਅਤੇ ਮੈਨੂੰ ਤਾਰ ਨਾਲ ਕਿਤੇ ਪੱਟੇ ਪੁੱਟੇ ਨਾਲ ਮੈਨੂੰ ਬੰਨ ਤਾ ਪੂਰੇ ਚੰਗੇ ਤਰ੍ਹਾਂ, ਬੈਲਟ ਨਾਲ ਬੰਨਤਾ ਮੈਨੂੰ, ਕਾਫੀ ਮੈਂ ਮਾਰਿਆ ਕੁੱਟਿਆ ਮੈਨੂੰ। ਉਸ ਤੋਂ ਬਾਅਦ ਉਹਨੇ ਜੋ ਘਰੇ ਕੋਈ ਪੈਸੇ ਪੂਏ ਪਏ ਸੀਗੇ ਉਹ ਲੱਭਣੇ ਸ਼ੁਰੂ ਕਰਤੇ, ਕੀ ਵਗੈਰਾ ਉਹਨੇ ਲੱਭੀ ਲੱਭੇ ਸਾਰੇ ਪਾਸੇ, ਕੀ ਸਾਰੇ ਇਕੱਠੇ ਕਰ ਲਈਆਂ, ਕਿਹੜੀ ਕੀ ਨਾ ਖੁੱਲੂਗੀ ਕਿਹੜੀ ਨਾ ਨਹੀਂ ਖੁੱਲੂਗਾ, ਉਹ ਸਭ ਕੁਝ ਉਹਨੇ ਚੈੱਕ ਕਰੀ ਗਿਆ। ਅਖੀਰ ਨੂੰ 4 ਲੱਖ ਦੇ ਕਰੀਬ ਮੇਰਾ ਕੈਸ਼ ਪਿਆ ਸੀਗਾ ਅਤੇ 20,000 ਦੇ ਕਰੀਬ ਮੇਰੇ ਬੇਟੇ ਦਾ ਕੈਸ਼ ਸੀਗਾ, ਨਾਲ ਇੱਕ ਲੈਪਟੋਪ ਚੋਰੀ ਕਰਕੇ ਲੈ ਗਿਆ। ਇਸ ਤੋਂ ਇਲਾਵਾ ਤੁਹਾਡੇ ਮੋਬਾਈਲ ਵਗੈਰਾ ਵੀ ਪਏ ਸੀਗੇ? ਮੋਬਾਈਲ ਉਹ ਲਿਆਉਣ 'ਚ ਕੰਮ ਲਿਆਉਂਦੀ ਆ, ਜਾਣ ਕੇ ਛੱਡ ਗਿਆ ਉਹ, ਜਾਂ ਲੈ ਕੇ ਨਹੀਂ ਗਿਆ। ਕਿੰਨੀ ਕੁ ਦੇਰ ਤੱਕ ਜਿਹੜਾ ਇੱਥੇ ਰਿਹਾ ਤੁਹਾਡੇ? ਉਹ ਘੱਟੋ ਘੱਟ ਜੇ 1.5 ਘੰਟਾ ਰਿਹਾ ਮੇਰੇ ਇਸੇ ਘਰ 'ਚ। ਕਿੱਥੇ ਕਿੱਥੇ ਸੱਟਾਂ ਮੇਰੇ ਤਾਂ ਕੁਛ ਤਾਂ ਇੱਕ ਤਾਂ ਬਾਂਹ 'ਤੇ ਵੱਜੀਆਂ ਜੀ, ਅੱਜ ਜਿਸ ਮਾਰੀ ਮੁਰੀ ਸੀਗੀਆਂ ਬੰਨਿਆ ਸੀਗਾ ਅਤੇ ਇੱਕ ਲਿਬਾਂ 'ਤੇ ਬੰਨੀ ਕੁਛ ਪੈਰਾਂ 'ਤੇ ਸੀਗੇ, ਦੰਦ 'ਤੇ ਵੀ ਦੱਸਦੇ? ਹਾਂਜੀ, ਦੰਦ ਜੀ ਮੁੱਕਾ ਮਾਰੇ, ਦੰਦ 'ਤੇ ਨਾ ਦੰਦ ਨਿਕਲ ਗਿਆ ਜੀ। ਕੋਈ ਪਹਿਚਾਣ ਹੋਵੇ ਤੁਹਾਨੂੰ ਜਾਂ ਕੋਈ ਸ਼ੱਕ ਹੋਵੇ? ਪਹਿਚਾਣ ਜੀ ਮੈਨੂੰ ਹੌਲੀ ਹੌਲੀ ਸ਼ੱਕ ਪੈ ਰਿਹਾ, ਮੈਂ ਯਾਦ ਕਰਕੇ ਹਾਲੇ ਮੈਨੂੰ ਪੱਕਾ ਯਾਦ ਨਹੀਂ ਆ ਰਿਹਾ, ਮੇਰੀ ਤਬੀਅਤ ਠੀਕ ਨਹੀਂ ਹਾਲੇ ਅਤੇ ਬਾਕੀ ਜੋ ਮੈਨੂੰ ਸ਼ੱਕ ਪੈਣੇ ਮੈਂ ਸਭ ਦੱਸ ਦੂੰਗਾ। ਇਸ ਤਰ੍ਹਾਂ ਜੀ, ਇੱਕ ਬਜ਼ੁਰਗ ਸੀਗੇ, ਉਹਨਾਂ ਦਾ ਨਾਮ ਹੈਗਾ ਭਗਵਾਨ ਦਾਸ। ਉਹ ਆਪਣੇ ਘਰ ਦੇ ਵਿੱਚ ਰਾਤ ਨੂੰ ਕਰੀਬ 2:30 ਵਜੇ ਸੁੱਤੇ ਪਏ ਸੀਗੇ। ਇੱਕ ਵਿਅਕਤੀ ਆਇਆ, ਬਾਅਦ 'ਚ ਉਹਦਾ ਨਾਂ ਸਾਨੂੰ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਮਹਿੰਦਰ ਸਿੰਘ, ਸਿੱਖਾਂਵਾਲਾ ਰੋਡ ਸੰਧਵਾਂ ਕਲਾਂ ਫਰੀਦਕੋਟ ਪਤਾ ਲੱਗਿਆ। ਇਹ ਬੇਸਿਕਲੀ ਇਹ ਬੰਦਾ ਇਹਨਾਂ ਦਾ ਜਿਹੜਾ ਸਾਡਾ ਮਦਈ ਆ ਮੁਕੱਦਮੇ ਦਾ ਭਗਵਾਨ ਦਾਸ, ਇਹਦਾ ਪੁਰਾਣਾ ਵਾਕਫ ਘਰ ਸੀਗਾ। ਇਹ ਆ ਕੇ ਰਾਤ ਨੂੰ ਇਹਨਾਂ ਨੇ ਪਹਿਲਾਂ ਤਾਂ ਜਿੱਥੇ ਕਮਰੇ ਸੁੱਤਾ ਪਿਆ ਸੀ ਬੰਦਾ ਇਹ ਭਗਵਾਨ ਦਾਸ, ਕਮਰੇ ਦੀ ਲਾਈਟ ਬੰਦ ਕਰਤੀ, ਲਾਈਟ ਚਲੇ ਗਈ। ਉਹ ਜਿਹੜਾ ਭਗਵਾਨ ਉੱਠ ਕੇ ਦੇਖਣ ਲੱਗਿਆ ਵੀ ਲਾਈਟ ਜਾਣ ਦਾ ਕਾਰਨ, ਅਤੇ ਇਮੀਡੀਏਟ ਇਸ ਬੰਦੇ ਨੇ ਜਿਹੜਾ ਮੁਰਝਮ ਆ ਗੁਰਪ੍ਰੀਤ ਸਿੰਘ, ਇਹਨੇ ਉਹਦੇ ਚਾਦਰ ਪਾ ਕੇ ਉਹ ਥੱਲੇ ਸੁੱਟ ਲਿਆ ਅਤੇ ਉਹਦੀਆਂ ਬਾਹਾਂ ਬੰਨਤੀਆਂ, ਕਮਰੇ ਫੋਲਾ ਖੋਲੀ ਕੀਤੀ। ਇਹਨੂੰ ਗੁਰਪ੍ਰੀਤ ਨੂੰ ਉੱਥੋਂ ਇੱਕ ਬੈਗ ਮਿਲਿਆ ਜਿਹਦੇ 'ਚ ਲੈਪਟੋਪ ਸੀਗਾ, ਨਾਲ ਕਰੀਬ 3 ਲੱਖ ਰੁਪਈਆ ਮਿਲਿਆ ਜਿਹੜਾ ਜਿਹਦੇ 'ਚ ਕੁਛ ਭਾਨ ਸੀ, 3 ਲੱਖ ਰੁਪਈਆ ਨਗਦ ਸੀਗਾ। ਉਸ ਤੋਂ ਬਾਅਦ ਅਸੀਂ ਆਇਆ, ਇਹਦਾ ਮੁਕੱਦਮਾ ਦਰਜ ਕੀਤਾ ਸਾਡੇ ASI ਬੇਅੰਤ ਸਿੰਘ ਨੇ ਅਤੇ SHO ਸਾਹਿਬ ਸਾਡੇ SHO ਸਿਟੀ ਬੈਠੇ ਨੇ, ਇਹਨਾਂ ਨੇ ਇਸ ਮਾਮਲੇ ਨੂੰ ਆਪ ਤਹਿਕੀਕਾਤ ਕੀਤਾ ਅਤੇ ਸਾਡੀ ਪੁਲਿਸ ਟੀਮ ਨੇ ਜੀ ਅਤੇ ASI ਬੇਅੰਤ ਸਿੰਘ ਨੇ ਆਪਣੇ SHO ਸਾਹਿਬ ਨੇ ਸਾਡੇ, ਇਹਨਾਂ ਨੇ ਦੋਸ਼ੀ ਨੂੰ ਪਹਿਲਾਂ ਦਾ ਉਸ ਬੰਦੇ ਨੂੰ ਸ਼ੱਕ ਜ਼ਾਹਰ ਕੀਤਾ ਵੀ ਇਸ ਮੇਰੇ ਕੋਲ ਇਹ ਬੰਦਾ ਜਿਹੜਾ ਆਉਂਦਾ ਜਾਂਦਾ ਪਹਿਲਾਂ ਤੋਂ, ਉਹਨੂੰ ਸ਼ੱਕ ਸੀ ਵੀ ਹੋ ਸਕਦਾ ਇਸ ਬੰਦੇ ਨੇ ਵਾਰਦਾਤ ਕੀਤੀ ਹੋਵੇ, ਕਿਉਂਕਿ ਇਹਦਾ ਪਹਿਲਾਂ ਤਾਂ ਰਿਕਾਰਡ ਉਹਨੂੰ ਸ਼ੱਕ ਦੇ ਅਧੀਨ ਸੀਗਾ। ਇਸ ਇਹਨਾਂ ਨੇ ਸਾਡੀ ਟੀਮ ਨੇ ਉਹਨੂੰ ਰਾਊਂਡ ਅਪ ਕੀਤਾ ਅਤੇ ਪੁੱਛਗਿੱਛ ਕੀਤੀ।
पूछगिछ के दौरान जिहड़ा इहतों 3 लाख रुपया सीगा उस 2,24,580 रुपये बरामद हो चुके ने। तो लैपटॉप एच पी का वह बरामद हो गया जी, बैग बरामद हो गया, जिहड़ा उहदा आधार कार्ड सीगा उहदे विच लैके गया वह बरामद हो गया जी। तो उस बंदे दी पूछगिछ जारी है जी, साडे कोल रिमांड ते आ ते उहदी गिरफ्तारी हो चुकी आ। तो जिहड़े पैसे सीगे उहने लैके गया उत्थों रात नूं, ਇਹ ਤਕਰੀਬ 2,24,000 ਰੁਪਈਆ ਹੈਗਾ ਜੀ। ਬਾਕੀ ਪੈਸਿਆਂ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਪੁੱਛਗਿੱਛ ਜਾਰੀ ਆ, ਸਾਨੂੰ ਆਸ ਆ ਕਿ ਵੀ ਜਲਦੀ ਜਿਹੜੇ ਬਾਕੀ ਅਮਾਊਂਟ ਉਹ ਵੀ ਬਰਾਮਦ ਹੋ ਜੂਗੀ। ਅਤੇ ਮੇਨ ਇਹਦੇ 'ਚ ਗੱਲ ਇੱਕ ਹੋਰ ਧਿਆਨ 'ਚ ਲਿਆਉਂਦੇ ਹਾਂ, ਅਸੀਂ ਇਸ ਆਧਾਰ 'ਤੇ ਪੁੱਛਗਿੱਛ ਵੀ ਕਰ ਰਹੇ ਹਾਂ ਕਿ ਇਹ ਬੰਦਾ ਜਿਹੜਾ ਹੋਰ ਕਿੰਨੀਆਂ ਕੁ ਵਾਰਦਾਤਾਂ ਵਿੱਚ ਇਹਦਾ ਸ਼ਮੂਲੀਅਤ ਹੋ ਸਕਦੀ ਆ, ਇਹ ਗੱਲ ਵੀ ਅਸੀਂ ਪੁੱਛਗਿੱਛ ਕਰਾਂਗੇ। ਇਹਦਾ ਪੁਰਾਣਾ ਰਿਕਾਰਡ ਵੀ ਦੇਖਿਆ ਜਾ ਰਿਹਾ। ਇਸ ਤੋਂ ਇਲਾਵਾ ਅਸੀਂ ਆਸ ਪਾਸ ਪੁਲਿਸ ਸਟੇਸ਼ਨਾਂ ਨੂੰ ਇਹਦੀ ਵਾਇਰਸ ਕਰਤੀ ਆ ਕਿ ਹੋ ਸਕਦਾ ਇਸ ਤਰ੍ਹਾਂ ਦੀਆਂ ਸੇਮ ਵਾਰਦਾਤਾਂ ਕਿਤੇ ਪੈਂਡਿੰਗ ਪਈ ਹੋਵੇ, ਉਹ ਥਾਣੇ ਵਾਲੇ ਇਹਦੀ ਰਿਮਾਂਡ 'ਤੇ ਵੀ ਜਾ ਕੇ ਦੀ ਕੋਸ਼ਿਸ਼ ਕਰ ਸਕਦੇ ਆ। ਸਰ ਜਿਹੜਾ ਭਗਵਾਨ ਦਾਸ ਜਿਸ ਦੇ ਨਾਲ ਮਤਲਬ ਚੋਰੀ ਜਿਹਦੇ ਕਰੇ ਉਸ ਨਾਲ ਕੁੱਟਮਾਰ ਵੀ ਕੀਤੀ ਗਈ ਹੈ, ਪਰ ਦੂਸਰੇ ਪਾਸੇ ਉਹਨੇ ਵੱਲੋਂ ਸ਼ਿਕਾਇਤ ਦਰਜ ਕਰਾਈ ਕਿ ਉਹਦੇ ਕਰੀਬ 4,20,000 ਦੇ ਕਰੀਬ ਜਿਹੜੇ ਉਹਦੀ ਅਮਾਊਂਟ ਹੈ ਚੋਰੀ ਹੋਈ। ਬਟ ਸਾਨੂੰ 3 ਲੱਖ ਲਿਖਾਇਆ ਜੀ ਉਹਨੇ, ਦੋਸ਼ੀ ਵੀ ਸਾਡੇ ਕੋਲ ਆ, ਉਹਦੀ ਪੁੱਛਗਿੱਛ ਚੱਲਦੀ ਆ ਤੇ ਆਮੋ ਸਾਹਮਣੇ ਵੀ ਕੀਤਾ ਜਾ ਸਕਦਾ ਆ। ਉਹਦੀ ਧਾਰਾ ਐਡ ਕਰ ਦਿੱਤੀ ਆ ਜੀ, ਜੋ ਕਾਨੂੰਨ ਮੁਤਾਬਕ ਆ ਧਾਰਾ ਤੇ ਉਹੀ ਲੱਗਣੀ ਆ ਜੀ। ਜਿਹੜਾ ਇਹ 302 ਦੇ ਮੁਕੱਦਮੇ ਦੇ ਵਿੱਚ ਪਹਿਲਾਂ ਆਪਣੇ ਸੈਂਟਰਲ ਜੇਲ੍ਹ ਫਰੀਦਕੋਟ ਦੇ ਵਿੱਚ ਬੰਦ ਸੀ, ਜਿਹੜਾ ਉਹ ਛੁੱਟੀ 'ਤੇ ਆਇਆ ਹੋਇਆ ਸੀ। ਤੁਸੀਂ ਦੱਸਿਆ ਜਾ ਰਿਹਾ ਕਿ ਇਹਦਾ ਬੇਟਾ ਜਿਹੜਾ ਭਗਵਾਨ ਦਾਸ ਦਾ ਜੇਲ੍ਹ 'ਚ ਡਿਪਾਰਟਮੈਂਟ 'ਚ ਕੰਮ ਕਰਦਾ, ਪਰ ਉਸਦੇ ਕੋਲ ਹੀ ਮਤਲਬ ਸੇਵਾਦਾਰ ਦੇ ਤੌਰ 'ਤੇ ਜਿਹੜੇ ਆਪਦਾ ਡਿਊਟੀ ਨਿਭਾ ਰਿਹਾ ਸੀ। ਨਹੀਂ ਪੁਰਾਣੇ ਜਾਣਦੇ ਨੇ ਜੀ, ਇਹ ਪੁਰਾਣੇ ਜਾਣਦੇ ਆ। ਜੇ ਹੁਣ ਮੰਨ ਲਓ ਤੁਸੀਂ ਵੀ ਲੈ ਲਓ ਜੀ, ਆਪਾਂ ਨੂੰ ਕੋਈ ਪੁਰਾਣਾ ਬੰਦਾ ਜਾਣਦਾ ਹੋਵੇ ਆਪਣੇ ਕੋਲ, ਜੇ ਕਿਤੇ ਆ ਵੀ ਜਾਵੇ ਉਹਨੂੰ ਇਹ ਤਾਂ ਨਹੀਂ ਕਹਿੰਦੇ ਤੁਹਾਡੇ ਕੋਲ ਨਾ, ਉਹਦਾ ਜਿਹੜਾ ਕਿਰਦਾਰ ਸੀ ਉਹਦਾ ਰਹਿਣ ਸਹਿਣ ਸ਼ੱਕ ਦੇ ਦਾਇਰੇ ਸੀ। ਜਦੋਂ ਇਸ ਬੰਦੇ ਨਾਲ ਹਾਂਜੀ ਪੇਤੀ ਸੀ, ਜਦੋਂ ਇਹਨਾਂ ਵਾਰਦਾਤ ਹੋਈ ਆ, ਇਹਨੇ ਪਹਿਲਾਂ ਬਿਆਨ ਵਿੱਚ ਉਹਦਾ ਨਾਂ ਨਹੀਂ ਲਿਖਾਇਆ ਹੈਗਾ, ਪਰ ਇਹਨੂੰ ਸ਼ੱਕ ਤਾਂ ਸੀ ਕਿ ਮੇਰੇ ਨਾਲ ਫਲਾਨਾ ਬੰਦਾ ਵਾਰਦਾਤ ਕੀਤੀ, ਜਿਹੜੀ ਫਲਾਨਾ ਬੰਦਾ ਹੋ ਸਕਦਾ, ਉਸੇ ਸ਼ੱਕ ਦੇ ਆਧਾਰ 'ਤੇ ਇਸ ਨੂੰ ਅਸੀਂ ਕਾਬੂ ਕੀਤਾ ਅਤੇ ਉਸਦੀ ਪੁੱਛਗਿੱਛ ਕੀਤੀ ਆ। ਅਤੇ ਪਹਿਲੇ ਬੰਦੇ ਨੇ ਕਾਬੂ ਕੀਤਾ ਅਤੇ ਸਾਡੀ ਵਾਰਦਾਤ ਟਰੇਸ ਹੋ ਗਈ ਜੀ। ਹੋਰ ਬੰਦਾ ਵੀ ਫਿਲਹਾਲ ਨਹੀਂ ਹੈਗਾ ਜੀ, ਅਗਰ ਹੋਇਆ ਤਾਂ ਲਾਜ਼ਮੀ ਸਾਹਮਣੇ ਆਊਗਾ ਜੀ।